ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਆਪਣੇ ਚੈਨਲ ਦਾ ਪਹਿਲਾ ਵਲੌਗ। ਅਤੇ ਝੋਨਾ ਵੱਢਣ ਲੱਗੇ ਸੀਗੇ ਅਤੇ ਹੁਣ ਚੱਲਦੇ ਹਾਂ ਖੇਤ, ਮਸ਼ੀਨ ਵੀ ਆਉਣ ਵਾਲੀ ਆ। ਚੱਲੀਏ ਫਿਰ ਚਾਚੂ। ਹਾਂ ਚਲੋ, ਆਪਾਂ ਵੱਢ ਕੇ ਝੋਨਾ ਆਪਣਾ ਆਇਆ ਖੜਾ। ਆ ਜਾਓ ਫਿਰ ਸਿੰਘੋ, ਟਰੈਕਟਰ ਵਗੈਰਾ ਆਪਣੇ ਰੈਡੀ ਆ, ਤੇਲ ਪਾਣੀ ਚੈੱਕ ਆ, ਟਰਾਲਾ ਵੀ ਰੈਡੀ ਆ, ਅਤੇ ਦੂਜਾ ਟਰੈਕਟਰ ਆਪਣਾ ਰਮਣੇ ਕੋਲ ਆ, ਅਤੇ ਉਹ ਆਉਂਦਾ ਅਤੇ ਮਸ਼ੀਨ ਆਪਣੇ ਇੱਥੇ ਨਾਲ ਹੀ ਘਰ ਦੇ ਲੱਗੀ ਹੋਈ ਆ, ਅਤੇ ਇਸ ਤੋਂ ਬਾਅਦ ਆਪਣੇ ਖੇਤ ਜਾਊਗੀ ਅਤੇ ਫਿਰ ਆਪਾਂ ਚੱਲਾਂਗੇ ਉਦੋਂ, ਅਤੇ ਬਾਕੀ ਦੀ ਗੱਲਬਾਤ ਆਪਾਂ ਖੇਤ ਜਾ ਕੇ ਕਰਦੇ ਹਾਂ। ਆਜੋ ਦੋਸਤ। ਹਾਂ ਆਪਣੇ ਛੋਟੇ ਚਾਚਾ ਜੀ ਆ, ਇਹ ਆਪਣਾ ਲਾਈ ਚੱਲੇ ਛੋਟਾ ਟਰੈਕਟਰ ਗੇੜੇ ਕੱਢਣ ਦੇ। ਠੀਕ ਹੈ, ਗੱਲਬਾਤ ਹੈ, ਲਾ ਦਿੰਦੇ ਲਾ ਦਿੰਦੇ ਹਾਂ ਚੈੱਕ। ਇਹ ਵੀਰੇ ਦੀਪੇ ਪੇਂਟਰ ਤੋਂ ਪੇਂਟ ਕਰਾਈ ਹੈ। ਇੱਥੇ ਲੱਗੀ ਆਪਣੇ ਘਰ ਦੇ ਨਾਲ ਗੋਲਡੀ ਬਾਈ ਜੀ, ਨਿਬੜ ਗਿਆ ਬਸ, ਉਹ ਥੋੜ੍ਹਾ ਜਿਹਾ ਰਹਿ ਗਿਆ, ਚੱਲਾਂਗੇ ਆਪਣੇ ਗੇਟ। ਆਹ ਬਾਈ ਆਪਣਾ, ਹੋਰ ਸਰ ਕਿਵੇਂ ਹੋ? ਵਧੀਆ, ਝਾੜ ਝੂੜ ਪੂਰੀ ਗੱਲਬਾਤ ਆ? ਚਾਹ ਵਧੀਆ ਚਾਹੀਦਾ, ਇੰਨਾ ਰਹਿ ਗਿਆ ਬਾਈ, ਫਿਰ ਸਾਡੇ ਜਾਣ ਦਊਗਾ ਬਾਈ। ਬੜੀ ਗੱਲ ਯਾਰ, ਦਾਦੀ ਦਾਦਾ ਦੇਖ ਕੇ ਰਹਿਣਾ ਜਾਵੇ। ਪਹੁੰਚ ਗਈ ਆ ਖੇਤ, ਪਹੁੰਚ ਜਾਂਦੀ ਹੈ ਗਿਆ ਬਾਈ ਵਾਲਨ ਘੇਰਾ ਘੇਰਾ, ਇੱਧਰ ਆਪਣੇ ਅਜੇ 3 ਕਿੱਲੇ ਆ, ਆਹ ਫਿਰ ਆਪਾਂ 6 ਵੱਢਣੇ ਆ ਰੂਈ, ਅਜੇ ਇੰਨਾ ਹੀ ਆਇਆ। ਇਹ ਵੀ ਜਿਹੜਾ ਆਪਣਾ 31 ਸੀਗਾ ਉਹ ਆ 26, ਤਾਂ ਹਜੇ ਲਊਗਾ ਜੀ 15-20 ਦਿਨ, ਬਾਕੀ ਤੁਸੀਂ ਦੇਖ ਲਓ ਕਿਵੇਂ ਆ ਝੋਨਾ ਆਪਣਾ। ਵਧੀਆ ਲੱਗਦਾ ਰਮਣੇ ਹੋਰੀ ਆਉਂਦੇ ਆ, ਉਹ ਜੇ ਘਰੋਂ ਹੀ ਨਹੀਂ ਤੁਰਿਆ ਮੈਨੂੰ ਲੱਗਦਾ, ਮੰਡੀ ਗਿਆ ਹੋਇਆ ਸੀਗਾ, ਅਤੇ ਫਿਰ ਆਪਾਂ ਕਰਦੇ ਹਾਂ। ਆਈ ਰਾਜੂ, ਰਾਜੂ ਨਾਲ ਨਾਲ ਵੜਦੇ ਸਾਰੀ, ਚੰਗਾ ਸਹੀ, ਨਾਲ ਨਾਲ ਸਾਰੇ ਲਾ ਦੀਆਂ, ਓਕੇ ਰਿਪੋਰਟ ਕਰਦੀ ਪੂਰੀ। ਇਹ ਆਪਣੇ ਬਈ ਕੰਮ ਹੈ ਲੱਗੇ ਵਿਚਾਰੇ, ਵੇ ਅੱਜ ਗਰਮੀ ਹੈ ਨਹੀਂ, ਹੈ ਨਾ, ਠੀਕ ਆ ਮੌਸਮ, ਠੰਡਾ ਹੀ ਆ। ਲਓ ਵੀ ਪਹੁੰਚ ਚੁੱਕੇ ਆ ਚਾਚਾ ਜੀ, ਐ ਕਹਿੰਦੇ ਸਪਲੈਂਡਰ ਪਲੱਸ ਲੈ ਕੇ, 78-18 ਨੰਬਰ ਹੈ ਆ ਵਿਚਾਰੇ ਆਪਣਾ ਮਿੰਦਰੀ, ਬੜਾ ਪੁਰਾਣਾ ਹੋ ਗਿਆ ਜਦੋਂ 20 ਸਾਲ ਹੋ ਗਏ। ਹਾਰਨ ਮਾਰਦਾ, ਟੈਂਕੀ ਭਰ ਗਈ ਹੈ, ਕੁਆਲ ਹੀ ਹੈ, ਭੱਜ ਗਿਆ ਆਪਾਂ। ਸਟੀਅਰਿੰਗ ਬੜਾ ਭਾਰਾ ਇੱਕ ਤਾਂ ਇਹਦਾ,
ਥੋੜੇ ਡੁੱਲ ਗਏ ਸੀ ਡਾਰੇ ਤੇ ਟ੍ਰੈਕਟਰ ਬੜਾ ਨੇੜੇ ਲੱਗ ਗਿਆ ਜੀ ਅੱਗੇ ਤੋਂ ਤਾਂ ਕਹਿੰਦੇ ਧਿਆਨ ਪਹਿਲੀ ਗਲਤੀ ਤਾਂ ਗੀਰ ਦੀ ਗਲਤੀ ਹੋ ਗਈ ਵਧੀਆ ਲੱਗਦਾ ਇਸ ਦਾ ਝਾੜ ਬਾਕੀ ਦੇਖੋ ਹੁਣ ਆਪਾਂ ਉਹਦੇ ਤੇ ਬਾਤਾ ਰਮਣੇ ਨੂੰ ਮੇਰੇ ਵੀਰੋ ਉਹ ਖੜਾ ਚੋਬਰ ਆਪਾਂ ਲਿਆਉਣਾ ਦੂਜਾ ਟਰੈਕਟਰ ਇੱਥੇ ਖੜਾ ਸਾਈਡ 'ਤੇ ਜੀ ਦੱਸੋ ਫਿਰ ਕਿਵੇਂ ਲੱਗਾ ਟਰੈਕਟਰ ਦਾ ਸੋਹਣਾ ਤਿਆਰ ਹੋਇਆ ਕਿ ਨਹੀਂ ਮਤਲਬ ਤਿਆਰ ਤਾਂ ਆਪਾਂ ਜਾਇਜ਼ ਜਾਇਜ਼ ਕੀਤਾ ਬਾਲਾ ਨਹੀਂ ਕੀਤਾ ਦੇਖੋ ਆਹ ਪੱਖੇ ਦਾ ਤਾਂ ਬੜਾ ਫਾਇਦਾ ਹੈ ਕਿੱਧਰ ਗਿਆ ਕੰਡ ਕੁੰਡ ਨਹੀਂ ਪੈਣ ਦਿੰਦਾ ਸਿੱਧੀ ਆ ਸਲਾਂਸਰ ਇਹਦੇ ਆਪਾਂ ਪਵਾਇਆ ਹੋਲੈਂਡ ਵਾਲਾ ਨਿਊ ਹੋਲੈਂਡ ਟੋਟਾ ਟੁੱਟਾ ਕਿੰਨਾ ਕਰ ਟੋਟਾ ਕਰਤੀ ਝੋਨਾ ਕਰਕੇ ਮਾੜਾ ਮੋਟਾ ਹੈਗਾ ਹੈਗਾ ਓਕੇ ਮੇਰੇ ਝੋਨੇ ਨੂੰ ਪ੍ਰੋਬਲਮ ਆ ਨਾ ਜਾਂ ਫਿਰ ਲੜੀ ਚ ਰਹੂਗਾ ਜਾਂ ਟੋਟਾ ਹੋਊਗਾ ਹਾਂ ਲਾਂਗਾ ਤਾਂ ਬਹੁਤ ਆ ਨਾ ਹਾਂ ਲਾਂਗ ਬਹੁਤ ਆ ਝੋਨਾ ਵੀ ਬਹੁਤ ਲੱਗੂਗਾ ਹਾਂ ਵਧੀਆ ਲੱਗਦਾ ਝਾੜ ਤਾਂ ਝਾੜ ਬਹੁਤ ਓਕੇ ਰਿਪੋਰਟ ਹੈ 85 84 85 ਮਣ ਹੋਏ ਤਾਂ ਬਹੁਤ ਹੈ ਸਹੀ ਹੈ ਇਹਦੇ ਨਾਲ ਤਾਂ ਬਾਹਲਾ ਵਧਣਾ ਇਹ ਟੈਂਕੀ ਤਾਂ ਇਹਦੇ ਨਾਲ ਹੀ ਬਣਨੀ ਆਪਣੀ ਚਿੱਟੀਆਂ ਮੁੰਜਰਾਂ ਮਦਦ ਨਾ ਜਿੰਨੀ ਲਾਲ ਮਰੂਤੀ ਚਮਕੀਲੇ ਦਾ ਗਾਣਾ ਨਾ ਸਹੁਰੇ ਦੀ ਲਾਲ ਮਰੂਤੀ ਨੇ ਅੱਜ ਚੱਕਾ ਜਾਮ ਕਰਾਤਾ ਇਹ ਆ ਉਹ ਆਪਣੀ ਜਿਪਸੀ ਕਿੰਗ ਕਹਿੰਦੇ ਇਹਨੂੰ ਇਹ ਤਾਂ ਆਈ ਆਪਣੀ ਚਾਹ ਰੋਟੀ 0441 ਅੰਦਰੋਂ ਵਿਚਾਰੀ ਬਾਹਲੀ ਸੋਹਣੀ ਆ ਦਿਲ ਖੁਸ਼ ਹੋ ਜਾਣਾ ਦੇਖ ਕੇ ਤੈਨੂੰ ਦੇਖੋ ਕਹਿੰਦੇ ਇਹੋ ਜਿਹੀ ਦੇਖੀ ਗੱਡੀ ਕਦੇ ਦੇਖੀ ਇਹੋ ਜਿਹੀ ਗੱਡੀ ਕਦੇ ਇੰਨੀ ਸੋਹਣੀ ਅੰਦਰੋਂ ਪਹਿਲੀ ਵਾਰੀ ਦੇਖੀ ਹੈ ਨਾ ਆਈ ਆ ਫਿਰ ਫੜ ਫਿਰ ਚੈੱਕ ਵੀ ਸਿੰਘਾ ਇਹ ਲੈ ਵੀ ਆਹ ਮਿਲੇ ਹੁਣ ਖੜਚ ਲਾਏ ਵੀਲ ਦੇਖ ਰਾਜੂ ਇਸ਼ਾਰਾ ਕਰਤਾ ਉਹਨੂੰ ਆਉਂਦਾ ਉਹ ਹੋਰ ਕਹਿੰਦਾ ਜੀ ਸਾਰਾ ਕਰ ਦੋ ਫਿਰ ਕਰਤਾ ਆਪਾਂ ਬਿਲਕੁਲ ਠੀਕ ਆ ਵੀਰੇ ਤੁਹਾਡੇ ਪਸ਼ੂ ਹੀ ਬਾਹਰ ਲਿਆ ਕੀ ਕਰੀਏ ਹੁਣ ਸਾਡੇ ਤਾਂ ਬੰਦੇ ਹੀ ਕੱਦੂ ਖਾਂਦੇ ਆ ਇਹਨਾਂ ਦੇ ਪਸ਼ੂ ਨੀ ਖਾਂਦੇ ਯਾਰ ਕੱਦੂ ਕਮਾਲ ਆ ਇਹੋ ਜਿਹੀ ਕਿਹੜੀ ਨਾਲ ਲਿਆ ਕੇ ਰੱਖੀ ਤੂੰ ਮੱਸੀ ਚੱਲਦੀ ਹੈ ਮੱਸੀ ਰਾਜੂ ਮੱਸੀ ਚੱਲਦੀ ਹੈ ਠੀਕ ਹੈ ਇਹ ਕਿਹੜੇ ਪਸ਼ੂ ਆ ਗਏ ਜਿਹੜੇ ਮੱਸੀ ਖਾਣ ਲੱਗ ਗਏ ਸਾਡੀ
प्रोग्राम बन रहा है लांगा नहीं है हूँ इतने देगा लांगा ट्रैक्टर भी है कहते लंघ जू अज समान ही बड़ा इकट्ठा हो गया जी इतने कट्ठे लाती आप दूजे वाहन घेरा वाली आंदा अजे बी भरन वाली होगी टेंकी फिर चलते आप पिछे तारा ना लग गई मशीन ता करके बी हम सीधा ही घेरा कर लगा तारा ने नाल थलो सुच सुई तो कट्टी हुई आपूच एक सुकया वैसे तो यह दूजे पासे गिला सी जिहड़ा आप उधर वड्या छड़दी है दाने के बचा भरता जी हूँ आप आए हैं हॉलैंड से ये कहते चुभ कड़ता वट की हो गया क्यों बस दो किले तीन किले रह गए तो ये नबेड़ के फिर आप लाया तो पेंडी है मंडी से इस तो बाद फिर चलते आप घर जाके नहाने ठंड लड़ी जाती है घेरा वाली हाल तो देख लो कि कार हैगी तो एक ट्राली होर भरूगी मैं फिर निबड़ जाना काम अपना बना कर गया हूँ तो घंटे का काम होगा तो फिर आप चलते हैं घर ठीक है वीरे आप कर लिया फुल लो जी डी एंड हो गया जेड़ा अज आप वढ़ना ही वढ़ लिया मशीन हूँ आके पा दूगी इतने ओके रिपोर्ट होगी तो फिर आप चलते हैं घर जाके नहाने धोने लिया कम